ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਚਾਹਲ ਡੈਰੀ ਵਲੋਗਸ 'ਤੇ। ਅੱਜ ਦੀ ਵੀਡੀਓ 'ਚ ਦੋਸਤੋ ਗੱਲ ਕਰਦੇ ਹਾਂ ਮੱਝਾਂ 'ਚ ਜਿਹੜੀ ਬਰੀਡਿੰਗ ਹੈ। ਮੇਰਾ ਇਹਦੇ 'ਚ ਮੰਨਣਾ ਇਹ ਹੈ ਵੀ ਜਿਹੜੀ ਮੱਝਾਂ 'ਚ ਬਰੀਡਿੰਗ ਹੈ ਉਹ ਕਾਫੀ ਜ਼ਿਆਦਾ ਸਲੋ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਇਹ ਬੱਚੇ ਦੀ ਮਾਂ 'ਤੇ ਵੀ ਮਾਂ ਕਿੱਦਾਂ ਦੀ ਹੈ। ਜਿਹੜਾ ਝੋਟੇ ਦਾ ਰੋਲ ਹੈ ਉਹ ਮਾਂ ਨਾਲੋਂ ਘੱਟ ਹੁੰਦਾ, ਜਿਹੜਾ ਦੇਖਣ 'ਚ ਆਇਆ ਮੇਰੇ ਅਤੇ ਮੰਨਣ 'ਚ, ਜਿਹੜਾ ਮੇਰਾ ਮੰਨਣਾ। ਹੁਣ ਜਿਵੇਂ ਆਹ ਮੱਝ ਖੜ੍ਹੀ ਹੈ ਪੁਰਾਣੀ, ਇਹ 16 ਕਿਲੋ ਦੁੱਧ ਦਿੰਦੀ ਹੈ। 16 ਕਿਲੋ ਆਪਾਂ ਵਧੀਆ ਮੰਨ ਸਕਦੇ ਹਾਂ। ਅਤੇ ਜਿਹੜੀ ਇਹਦੀ ਪਹਿਲੀ ਕੱਟੀ ਹੈ ਉਹ ਆਹ ਹੈ, ਇਹਦੇ ਨਾਲ ਆਈ ਸੀ। ਇਹਦਾ ਕੋਈ ਪਤਾ ਨਹੀਂ ਵੀ ਇਹਦਾ ਪਿਓ ਕੌਣ ਹੈ ਕੌਣ ਨਹੀਂ। ਅਤੇ ਇਹਦੀ ਦੂਜੀ ਕੱਟੀ ਆਹ ਹੈ। ਇਹਦਾ ਜਿਹੜਾ ਪਿਓ ਹੈ ਉਹ ਹੈ ਪੰਜਾਬ ਦਾ ਜਿਹੜਾ ਸਰਕਾਰੀ ਸੀਮਨ ਹੁੰਦਾ ਉਹਦੀ ਹੈ ਇਹ। ਜਿਹੜੀ ਪਹਿਲੀ ਦਾ ਕੋਈ ਪਤਾ ਨਹੀਂ ਹੈ ਵੀ ਇਹਦਾ ਪਿਓ ਕੌਣ ਹੈ। ਅਤੇ ਇਹਦੇ 'ਚ ਜਿਹੜੀਆਂ ਕਮੀਆਂ ਪਹਿਲੀ 'ਚ ਆਈਆਂ ਹੈ ਮਾਂ ਨਾਲੋਂ, ਉਹ ਕਮੀਆਂ ਆਈਆਂ, ਮਤਲਬ ਵਧੀਆ ਕੁਛ ਨਹੀਂ ਹੋਇਆ, ਕਮੀਆਂ ਆਈਆਂ। ਜਿਵੇਂ ਤੁਸੀਂ ਦੇਖ ਸਕਦੇ ਹਾਂ ਇਹਦਾ ਜਿਹੜਾ ਕੱਦ ਲੰਬਾਈ ਹੈ ਉਹ ਵੀ ਬਹੁਤ ਘੱਟ ਹੈ, ਅਤੇ ਥਣ ਤੁਸੀਂ ਦੇਖੋ ਥਣਾਂ 'ਚ ਕੋਈ ਗੈਪ ਨਹੀਂ ਹੈ, ਕੋਈ ਉਹ ਨਹੀਂ ਹੈ। ਅਤੇ ਦੁੱਧ ਨੂੰ ਵੀ ਮੰਨ ਕੇ ਚੱਲੋ ਇਹਨੇ ਪਹਿਲੇ ਸੂਹੇ 9 ਕਿਲੋ, ਦੂਜੇ ਸੂਹੇ 11 ਕਿਲੋ, ਉਹ ਵੀ ਕੋਈ ਜ਼ਿਆਦਾ ਲੰਬਾ ਟਾਈਮ ਨਹੀਂ। ਅਤੇ ਜੇ ਫਿਰ ਆਪਾਂ ਗੱਲ ਕਰਦੇ ਹਾਂ ਬਈ ਇਹਦੀ ਜਿਹੜੀ ਆਹ ਦੂਜੀ ਕੱਟੀ ਹੈ, ਇਹਨੇ ਪਹਿਲੇ ਸੂਹੇ, ਇਹਦੇ ਸਿੰਘ ਤਾਂ ਕੁਛ ਖਾਸ ਵਧੀਆ ਨਹੀਂ ਆਏ ਕਿਉਂਕਿ ਮਾਂ ਦੇ ਵੀ ਸਿੰਘ ਵਧੀਆ ਨਹੀਂ ਹੈ ਅਤੇ ਹੈ ਸਰਕਾਰੀ ਸੀਮਨ ਦੀ। ਅਤੇ ਤੁਸੀਂ ਇਹਦਾ ਤੁਸੀਂ ਗੈਪ ਚੈੱਕ ਕਰੋ, ਗੈਪ ਚੈੱਕ ਕਰੋ, ਥਣਾਂ ਦਾ ਸਾਈਜ਼ ਚੈੱਕ ਕਰੋ, ਮਿਲਕ ਵੇਨ। ਅਤੇ ਜੇ ਇਹਦੇ ਦੁੱਧ ਦੀ ਰਿਪੋਰਟ ਦੀ ਗੱਲ ਕਰੀਏ 14.5-15 ਕਿਲੋ ਇਹਨੇ ਪਹਿਲੇ ਸੂਏ 'ਤੇ ਆ। ਹੁਣ ਦੂਜੇ ਸੂਏ ਲਈ ਇਹ ਗੱਭਣ ਹੋਈ ਥੋੜ੍ਹੀ ਲੇਟ ਹੋਈ ਹੈ, ਉਹ ਚਲੋ ਆਪਣੀਆਂ ਕਮੀਆਂ ਰਹਿ ਜਾਂਦੀਆਂ, ਜਿਹੜਾ ਗੱਭਣ ਲੇਟ ਹੁੰਦਾ ਡੰਗਰ। ਅਤੇ 14.5-15 ਕਿਲੋ ਪਹਿਲੇ ਸੂਏ 'ਤੇ ਆ, ਸਰਕਾਰੀ ਸੀਮਨ ਦੀ ਹੈ, ਹੋਸਪਿਟਲ 'ਚੋਂ ਸੀਮਨ ਲਵਾਇਆ, ਪਿੰਡ ਹੋਸਪਿਟਲ ਹੈਗਾ ਸਾਡੇ। ਅਤੇ ਮਾਂ ਦੇ ਵੀ ਗੈਪ ਵਗੈਰਾ ਤਾਂ ਠੀਕ ਹੈ, ਮਤਲਬ ਜਿਹੜੀ ਪਹਿਲੀ ਝੋਟੀ ਹੈ ਉਹਦਾ ਗੈਪ ਵੀ ਖਰਾਬ, ਉਹ ਜਾਣੀ ਝੋਟੇ ਨੇ ਖਰਾਬ ਤਾਂ ਕਰਤੀ। ਅਤੇ ਆ ਦੂਜੀ ਦਾ ਮਾਂ ਨਾਲੋਂ ਕੱਦ ਵੀ ਠੀਕ ਆਇਆ ਅਤੇ ਥੱਲੇ ਦਾ ਸਿਸਟਮ ਵੀ ਵਧੀਆ ਆਇਆ, ਅਤੇ ਉਹਦਾ ਜਿਹੜਾ ਗੈਪ ਵਗੈਰਾ ਉਹ ਖਰਾਬ ਹੋ ਗਿਆ। ਅਤੇ ਅੱਗੇ ਜਿਹੜੀ ਮੈਂ ਗੱਲ ਕਰਦਾ ਸੀ ਵੀ ਮਾਂ ਦਾ ਰੋਲ ਜ਼ਿਆਦਾ ਹੁੰਦਾ, ਉਹ ਵੀ ਮੈਂ ਤੁਹਾਨੂੰ, ਤੁਸੀਂ ਕਹਿਣਾ ਵੀ ਜਦ ਆਹ ਚੰਗੀ ਆ ਗਈ ਤਾਂ ਫਿਰ ਸਰਕਾਰੀ ਸੀਮਨ ਦਾ ਰਿਜ਼ਲਟ ਵਧੀਆ ਹੋਇਆ, ਸੀਮਨ ਨੇ ਕੰਮ ਕਰਿਆ, ਸੀਮਨ ਨੇ ਕੰਮ ਕਰਿਆ ਕਿਉਂਕਿ ਮਾਂ ਵੀ ਚੰਗੀ ਤੀ। ਆ ਝੋਟੇ ਨੇ ਇੱਧਰ ਖਰਾਬ ਕਰਿਆ ਕੰਮ ਪਹਿਲੇ ਨੰਬਰ ਵਾਲੀ 'ਚ। ਇਹਨੇ ਜਿਹੜੀ ਅੱਗੇ ਕੱਟੀ ਦੇਈ ਤੀ ਇਹਦੇ ਲਾਇਆ ਸੀਗਾ ਸਿਕੰਦਰ ਦਾ, ਲਕਸ਼ਮੀ ਡੈਰੀ ਦੇ ਸਿਕੰਦਰ ਦਾ ਸੀਮਨ ਲਾਇਆ ਸੀ, ਜਿਹੜੀ ਇਹਨੇ ਕੱਟੀ ਦੇਈ ਹੈ। ਹੁਣ ਇਹਦਾ ਰੋਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਨੇ ਉਹਦੇ 'ਚ ਕਿਆ ਰੋਲ ਨਿਭਾਇਆ। ਅਤੇ ਉਹਦੇ 'ਚ ਸਿਕੰਦਰ ਵਿਚਾਰਾ ਰੋਲ ਕੋਈ ਕਰ ਨਹੀਂ ਸਕਿਆ ਆਪਣਾ, ਜਿਹੜੀ ਮੈਂ ਮਾਂ ਦੀ ਡੋਮੀਨੇਸ਼ਨ ਦੀ ਗੱਲ ਕਰਦਾ ਵੀ ਜਿਹੜੀ ਮਾਂ ਡੋਮੀਨੇਟ ਕਰਦੀ ਹੈ, ਆਹ ਖੜੀ ਹੈ ਉਹਦੀ ਕੱਟੀ, ਇਹ ਸਿਕੰਦਰ ਬੁੱਲ ਦੀ ਕੱਟੀ ਹੈ। ਅਤੇ ਗੈਪ ਤੁਸੀਂ ਇਹਦਾ ਵੀ ਦੇਖ ਸਕਦੇ, ਕੋਈ ਗੈਪ ਨਹੀਂ ਹੈ, ਕੁਛ ਨਹੀਂ ਹੈ, ਉੱਦਾਂ ਦੀ ਥਣ ਹੈ। ਘੁਮਾ ਕੇ ਵੀ ਦਿਖਾ ਦਿੰਦਾ, ਦੋ ਦੰਦ ਝੋਟੀ ਹੈ ਇਹ, ਅਤੇ ਆਹ ਦੇਖ ਲਓ
ਕੋਈ ਖਾਸ ਗੈਪ ਨਹੀਂ ਹੈ। ਅਤੇ ਦੁੱਧ ਵੀ ਮੰਨ ਗਿਆ ਚਲੋ ਅੱਜ ਇਹ 10 ਦਿਨ ਦੀ ਸੂਈ ਵੀ ਹੋਊਗੀ, ਅਤੇ ਇਹਦੇ ਥੱਲੇ ਦੁੱਧ ਵੀ 3 ਕਿਲੋ ਵੀ ਦੁੱਧ ਹੈ ਨਹੀਂ, ਕਿੰਨੇ ਮੰਨ ਕੇ ਚਲੋ ਵੀ ਚਲੋ 3 ਕਿਲੋ ਹੋਊਗਾ, ਅਤੇ ਹਲੇ ਬਸ ਆਪਣੀ ਮਾਂ ਨਾਲੋਂ ਵੀ ਇਹ ਥੱਲੇ ਨੂੰ ਇਹ ਗਈ ਹੈ ਕਹਿ ਸਕਦੇ ਹਾਂ, ਕਿ ਮਾਂ ਨੇ 9 ਕਿਲੋ ਦੁੱਧ ਦੇ ਵੀ ਦਿਆ ਤਾ, ਜਾਣੀ ਇਹ ਮੂੰਹ ਮੱਥਾ ਸਵਾਰ ਗਈ, ਸਿੰਗ ਸੁੰਗ ਵਧੀਆ ਕਰ ਗਈ, ਪਰ ਜਿਹੜਾ ਥੱਲੇ ਦਾ ਸਿਸਟਮ ਹੈ ਉਹ ਮਾਂ ਵਰਗਾ ਹੀ ਆਇਆ ਬਿਨਾਂ ਕਿਸੇ ਗੈਪ ਵਗੈਰਾ ਤੋਂ। ਅਤੇ ਉਹ ਤੋਂ ਬਾਅਦ ਜਿਹੜੀ ਫਿਰ ਗੱਲ ਕਰਦੇ ਹਾਂ ਫਿਰ ਆਪਾਂ ਉਸੇ ਮੱਝ ਦੀ, ਜਿਹੜੀ ਵੱਡੀ ਮੱਝ ਹੈ ਉਹਦੀ ਤੀਜੀ ਕੱਟੀ ਇਹ ਹੈ, ਇਹ ਵੀ ਹੋਸਪਿਟਲ 'ਚੋਂ ਸੀਮਨ ਲੱਗਿਆ ਵਾ, ਸਰਕਾਰੀ ਸੀਮਨ ਦੀ ਹੈ, ਗੈਪ ਇਹਦਾ ਠੀਕ ਆਇਆ ਹੈ, ਅਤੇ ਦੁੱਧ ਨੂੰ ਵੀ ਠੀਕ ਚੱਲ ਰਹੀ ਹੈ। ਇਹ ਸੂਈ ਹੋਈ ਹੈ 4 ਦਿਨ ਦੀ, ਇਹਦੇ ਥੱਲੇ ਹੈਗਾ 7 ਕਿਲੋ ਦੁੱਧ, 7 ਕਿਲੋ ਇਹ ਮੇਰੇ ਖਿਆਲ ਹੈ 4 ਨਹੀਂ 5-6 ਦਿਨ ਦੀ ਸੂਈ ਵੀ ਹੋ ਗਈ, ਇਹਦੇ ਥੱਲੇ 6-7 ਕਿਲੋ ਦੁੱਧ ਹੋ ਗਿਆ, ਜਾਣੀ ਇਹ ਲੱਗਦਾ ਵੀ 10 ਕਰੋਸ ਕਰ ਜੂਗੀ ਫਿਰ ਵੀ। ਇਹ ਵੀ ਆਪਾਂ ਉਨਾ ਚਲੋ ਇਹ ਹੈ ਛੋਟੀ ਉਮਰ ਦੀ ਹੈ, 2 ਦੰਦ ਤੋੜੇ ਹੀ ਹੈ ਹਲੇ ਇਹਨੇ, ਕਾਫੀ 2.5 ਸਾਲ ਦੇ ਘੱਟੇ ਆ 2.5 ਸਾਲ ਤੋਂ, ਹਾਂ ਜੀ। ਅਤੇ ਬਾਕੀ ਅੱਗੇ ਉਹਦੀ ਚੌਥੀ ਕੱਟੀ ਉਹ ਮੱਝ ਦੀ ਖੜੀ ਆ, ਆਹ ਕੱਟੀ ਹੈ, ਇਹਦੇ 'ਚ ਰਿਜ਼ਲਟ ਦੇਖਦੇ ਹਾਂ ਹੁਣ ਕਿੱਦਾਂ ਦਾ ਆਊਗਾ। ਇਹ ਹੈ ਬੁਲਟ ਦੀ, ਸੰਸਨੀਵਾਲ ਦੇ ਜਿਹੜਾ ਉਹ ਹੈ ਸੀਮਨ ਬੈਂਕ ਹੈ ਹਿੱਸਾ HSB, ਉਹਦੇ ਬੁਲਟ ਦੀ ਆ ਇਹਦਾ ਵੈਸੇ ਥੱਲੇ ਥੁੱਲੇ ਦਾ ਸਿਸਟਮ ਵਧੀਆ ਆਇਆ ਹੈ, ਗੈਪ ਗੂਪ ਬਹੁਤ ਵਧੀਆ, ਥਣ ਵਗੈਰਾ ਵਧੀਆ ਆਏ ਹੈ, ਬਸ ਸਿੰਗ ਹੈ, ਸਿੰਗ ਮਾਂ 'ਤੇ ਜਾ ਰਿਹਾ ਕਾ ਖੁੱਲ੍ਹਾ ਜਾ, ਉੱਦਾਂ ਚੰਗੀ ਆ ਕੱਟੀ। ਬਾਕੀ ਤੁਸੀਂ ਡੈਰੀ ਫਾਰਮ ਦੇਖ ਸਕਦੇ ਹੈ, ਇਹ ਮੇਰੇ ਮਿੱਤਰ ਦਾ ਡੈਰੀ ਫਾਰਮ ਹੈ ਪਿੰਡ 'ਚ, ਅਤੇ ਕੰਮ ਸਟਾਰਟ ਕਰੇ ਨੂੰ ਵੀ ਮੇਰਾ ਖਿਆਲ ਹੈ ਵੀ 2 ਸਾਲ 3 ਸਾਲ ਹੋਏ ਹੈ, ਪਹਿਲਾਂ ਘਰੇਲੂ 1-2 ਮੱਝ ਰੱਖਦੇ ਸੀ, ਹੁਣ ਕੰਮ ਵਧਾ ਰਹੇ ਹੈ ਪਿਛਲੇ 2 ਸਾਲ 'ਤੇ, ਵਧੀਆ 15-16 ਕਿਲੋ ਵਾਲੀਆਂ ਮੱਝਾਂ, 1-18 ਕਿਲੋ ਵਾਲੀ ਵੀ ਹੈ, ਅਤੇ ਬਾਕੀ 1 ਬਛੇਰਾ ਵੀ ਹੈ। ਇਹ ਆਇਆ ਗੁਜਰਾਤ ਤੋਂ, ਛੋਟੀ ਉਮਰ ਦਾ ਹੀ ਹੈ, ਬਿਮਾਰ ਹੋ ਗਿਆ ਸੀ ਕਾਫੀ, ਸਾਂਭਣ ਦੀ ਜਾਂਚ ਘੱਟ ਹੈ, ਅਤੇ ਥੋੜ੍ਹਾ ਫੀਡਿੰਗ 'ਚ ਦਿੱਕਤ ਆ ਗਈ ਸੀ, ਇਹ ਬਿਮਾਰ ਹੋ ਗਿਆ ਸੀ ਤਾਂ ਕਰਕੇ ਕਾਫੀ ਲਿੱਸਾ ਜਿਹਾ ਹੋ ਗਿਆ, ਉਮਰ ਇਹਦੀ 1 ਸਾਲ ਦੇ ਏੜ ਗੇੜ ਹੋਊਗੀ, ਅਤੇ ਵਧੀਆ ਪੱਖੇ ਪੁੱਖੇ ਲਾ ਕੇ, ਪਹਿਲਾਂ 1/2 ਕੁ ਸ਼ੈੱਡ ਪਾਇਆ ਸੀ, ਫਿਰ ਬਾਅਦ 'ਚ ਆਹ ਕੰਮ ਵਧਾਇਆ ਇੱਧਰ ਨੂੰ, ਪਹਿਲਾਂ ਇੰਨਾ ਹੀ ਪਾਇਆ ਸੀ, ਬਾਹਰ ਕੱਚਾ ਏ, ਇਹਦੇ 'ਚ ਘੋੜਾ ਵੀ ਛੱਡ ਦਿੰਦੇ ਅਤੇ ਬੱਚੇ ਵੀ ਛੱਡ ਦਿੰਦੇ ਛੋਟੇ, ਕੱਟੀਆਂ ਵਗੈਰਾ। ਇੱਕ ਮਿੰਟ ਪੁੱਤਾਂ, ਇੱਕ ਆ ਕੱਟਾ ਏ, ਇਹ ਸ਼ੇਰੇ ਪੰਜਾਬ ਦਾ ਦੱਸਿਆ ਸੀਗਾ ਉਹਨਾਂ ਨੇ, ਮੱਝ ਦੇ ਨਾਲ ਆਇਆ ਸੀ, ਮੱਝ ਲਿਆਉਂਦੀ ਸੀ ਜੀਂਦ ਤੋਂ, ਡੂਮਰ ਖਾਹ ਤੋਂ, ਲਾਲੂ ਤੋਂ, ਜਿਹੜਾ ਡੂਮਰ ਖਾਹ ਵਾਲਾ ਲਾਲੂ ਹੈ, ਅਤੇ ਉਹਦੇ ਨਾਲ ਆਇਆ ਸੀ ਕੱਟਾ, ਸ਼ੇਰੇ ਪੰਜਾਬ ਦਾ ਦੱਸਿਆ ਸੀ ਉਹਨਾਂ ਨੇ,
ਕੱਟਾ ਹੋ ਗਿਆ ਸਾਲ ਤੋਂ, ਬਸ ਸਾਲ ਤੋਂ ਦੋ ਕੁ ਮਹੀਨੇ ਉੱਪਰ ਹੋਣਾ। ਇਹਦੀ ਮਾਂ ਨੇ 18 ਕਿਲੋ ਦੁੱਧ ਤੋਲ ਕੇ ਲਿਆਏ ਸੀ, ਆਪਾਂ 20 ਕੁ ਦਿਨ ਦੀ ਸੂਈ ਵੀ ਸੀ, ਪਰ ਸਾਡੇ ਕੋਲ ਫਿਰ ਆ ਕੇ ਵਧੀ ਨਹੀਂ, ਫਿਰ ਉੱਥੇ ਜੀ ਖੜੀ ਰਹੀ 18 ਕੁ ਕਿਲੋ 'ਤੇ। ਆਹ ਹੈ ਬੜਾ ਕੱਦ ਵਗੈਰਾ ਸਾਰੀਆਂ ਮੱਝਾਂ ਨਾਲੋਂ ਚੰਗਾ ਏ, ਪਿੱਠ ਪੁੜਾ ਇਹਨੇ 18 ਕਿਲੋ ਦੁੱਧ ਦਿਆ ਸਾਡੇ ਕੋਲ। ਪਾਣੀ ਵਗੈਰਾ ਦਾ ਸਿਸਟਮ ਵਿੱਚੇ ਲਾਇਆ ਵਾ, ਜਿਹੜਾ ਕੱਖ ਹੈ ਉਹ ਪਰਲੀ ਸਾਈਡ 'ਤੇ ਪੈਂਦੇ ਹੈ, ਉੱਧਰ ਜਿਹੜਾ ਇੱਥੇ ਟੋਕਾ ਹੁੰਦਾ, ਇੱਥੇ ਦੇ ਟੋਕਾ ਹੋਕ ਹੈ, ਇੱਧਰੋਂ ਹੀ ਤੂੜੀ ਨਿਕਲ ਜਾਂਦੀ ਹੈ। ਆਹ ਤੂੜੀ ਛਾਣਨੇ ਵਾਲਾ ਰੱਖਿਆ ਵਾ, ਛਾਣ ਕੇ ਤੂੜੀ ਪਾਉਂਦੇ ਹਾਂ, ਪਰਲੀ ਸਾਈਡ ਤੋਂ ਤੂੜੀ ਪੈ ਜਾਂਦੀ ਹੈ, ਇੱਧਰੋਂ ਕੱਢ ਲੈਂਦੇ ਹਾਂ, ਇੱਥੋਂ ਟੋਕਾ ਹੋ ਗਿਆ, ਇੱਧਰੇ ਫੀਡ ਵਗੈਰਾ ਪਈ, ਇੱਧਰੋਂ ਹੀ ਪਾ ਦਿੰਦੇ ਕੱਖ। ਅਤੇ ਪਾਣੀ ਦਾ ਸਿਸਟਮ ਵਿੱਚੇ ਲੱਗਿਆ ਵਾ, ਆਹ ਤੁਸੀਂ ਆਹ ਹਰਾ ਜਿਹਾ ਦੇਖ ਸਕਦੇ ਹਾਂ, ਵਿੱਚੇ ਇਹਦਾ ਪਾਣੀ ਆ ਜਾਂਦਾ, ਪਾਣੀ ਆਪੇ ਪੀ ਜਾਂਦੀ ਹਾਂ। ਉੱਧਰ ਇਹ ਲੇਬਰ ਦਾ ਮੰਜਾ, ਇਹ ਲੇਬਰ ਉੱਧਰ ਪੈ ਜਾਂਦੀ, ਬਾਕੀ ਖੇਤਾਂ 'ਚ ਪਾਇਆ ਵਾ ਇਹ। ਦੱਸਿਓ ਫਿਰ ਕਿਵੇਂ ਲੱਗਿਆ ਤੁਹਾਨੂੰ ਡੈਰੀ ਫਾਰਮ ਅਤੇ ਬਰੀਡਿੰਗ ਬਾਰੇ ਜਾਣਕਾਰੀ ਕਿਵੇਂ ਲੱਗੀ। 3-4 ਪੀੜ੍ਹੀਆਂ ਤੁਹਾਨੂੰ 3 ਪੀੜ੍ਹੀਆਂ ਦਿਖਾਤੀਆਂ, ਵੀ ਦੱਸਿਓ ਵੀ ਤੁਹਾਡੀ ਕਿਆ ਰਾਏ ਹੈ, ਕਿਆ ਨਿਚੋੜ ਕੱਢਦੇ ਇਹਦਾ, ਵੀ ਮੱਝ ਕਿੰਨੀ ਕੁ ਜ਼ਰੂਰੀ ਹੈ ਬਰੀਡਿੰਗ 'ਚ। ਮੱਝ ਦਾ ਚੰਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ, ਧੰਨਵਾਦ।